ਆ ਇਟ ਇਜ਼ ਹੋਮ ਕਮਿੰਗ ਪ੍ਰੋਗਰਾਮ ਵੀ ਵਾਪਸ ਤੁਸੀਂ ਆਪਣੇ ਘਰ ਆਉਣਾ ਬੰਦਾ ਬਹੁਤ ਵਧੀਆ ਵਾ ਇੱਕ ਦਿਨ ਉਹ ਬਾਹਰ ਗਿਆ ਵਾ ਅਤੇ ਉਹਦਾ ਨਸ਼ੇ ਦਾ ਟਾਕਰਾ ਹੋ ਗਿਆ ਐਸਾ ਨਸ਼ੇ ਦਾ ਟਾਕਰਾ ਹੋ ਗਿਆ ਮੁੜ ਕੇ ਆਪਣਾ ਘਰ ਭੁੱਲ ਗਿਆ ਆਪਣੀ ਮਾਂ ਭੁੱਲ ਗਿਆ ਆਪਣਾ ਪਿਓ ਭੁੱਲ ਗਿਆ ਆਪਣੇ ਭੈਣ ਭਰਾ ਭੁੱਲ ਗਿਆ ਯਾਨੀ ਕਿ ਬੰਦਾ ਘਰ ਭੁੱਲ ਗਿਆ ਹੁਣ ਉਹਦੇ ਘਰ ਵਾਪਸ ਆਉਣਾ ਇਹ ਬਿਮਾਰੀ ਦੇ ਨਾ ਤਿੰਨ ਚਾਰ ਕਾਰਨ ਹੈ ਪਹਿਲੇ ਕਾਰਨ ਹੈ ਜੀਨ ਜੈਨੇਟਿਕ ਵੀ ਸਾਡੀ ਇਹ ਪੁਸ਼ਤੈਨੀ ਬਿਮਾਰੀ ਆ ਸਾਡੇ ਜੀਨ ਦੇ ਵਿੱਚ ਇਹ ਬਿਮਾਰੀ ਆ ਜਿਸ ਤਰ੍ਹਾਂ ਕੈਂਸਰ ਹਾਰਟ ਡਾਇਬਟਿਕ ਹਾਈਪਰਟੈਂਸ਼ਨ ਟਿਊਬਰਕਲੋਸਿਸ ਇਹ ਜਿਹੜੀਆਂ ਬਿਮਾਰੀਆਂ ਨਾ ਇਹ ਵੀ ਥਾਇਰਾਇਡ ਹੋਇਆ ਇਹ ਵੀ ਜੈਨੇਟਿਕ ਹੈਗੀਆਂ ਇਸੇ ਤਰ੍ਹਾਂ ਜੇ ਆਪਾਂ ਇਹਨੂੰ ਬਿਮਾਰੀ ਮੰਨਦੇ ਹਾਂ ਨਾ ਤਾਂ ਇਹ ਵੀ ਸਾਡੀ ਇੱਕ ਜੈਨੇਟਿਕ ਬਿਮਾਰੀ ਆ ਪਹਿਲੀ ਜੀਨਸ ਪਿਤਾ ਪੁਰਖੀ ਦੂਜਾ ਕਾਰਨ ਘਰ ਦਾ ਮਾਹੌਲ ਘਰਾਂ ਦੇ ਵਿੱਚ ਮੀਆਂ ਬੀਬੀ ਦੀ ਆਪਸ 'ਚ ਬਣਦੀ ਨਹੀਂ ਨਾ ਬਣਦੀ ਦਾ ਮਤਲਬ ਵੀ ਇੱਕ ਦੂਜੇ ਨੂੰ ਸੈਪਟ ਨਹੀਂ ਤਾਂ ਕਰਦੇ ਉਹਨਾਂ ਘਰਾਂ 'ਚ ਇਹ ਬਿਮਾਰੀ ਆਉਣੀ ਆਉਣੀ ਹੈ 90% 95% ਉਹਨਾਂ ਘਰਾਂ 'ਚ ਬਿਮਾਰੀ ਆਉਣੀ ਆਉਣੀ ਜਿਸ ਤਰ੍ਹਾਂ ਕਾਲੇ ਨੇ ਕਿਹਾ ਵੀ ਜਦੋਂ ਮੇਰੇ ਫਾਦਰ ਕਾਲਾ ਆਪਣੀ ਗੱਲ ਕਰਦਾ ਪਿਆ ਸੀ ਬਿਲਕੁਲ ਮੈਂ ਕਿਹਾ ਕਾਲਾ ਮੇਰੀ ਗੱਲ ਕਰਦਾ ਪਿਆ ਮੇਰੇ ਫਾਦਰ ਵੀ ਜਦੋਂ ਡਰਿੰਕ ਕਰਕੇ ਇਸ ਤਰ੍ਹਾਂ ਘਰ 'ਚ ਕਾਲਾ ਕਲੇਸ਼ ਹੁੰਦੀ ਸੀ ਅਤੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਖਾਸ ਕਰਕੇ ਜਦੋਂ ਮੇਰੀ ਮਦਰ ਨਾਲ ਮਿਸਬਿਹੇਵ ਹੁੰਦਾ ਸੀ ਜਦੋਂ ਮੇਰੇ ਫਾਦਰ ਮੇਰੀ ਮਾਂ ਨੂੰ ਕੁਛ ਕਹਿੰਦੇ ਸੀ ਨਾ ਅਮਨ ਉਦੋਂ ਮੈਨੂੰ ਬੜਾ ਤਪ ਚੜ੍ਹਦਾ ਮੈਂ ਕਹਿੰਦਾ ਉਦੋਂ ਮੈਂ ਛੋਟਾ ਸਾਂ ਮੇਰੇ ਹੱਥ ਪੈਰ ਛੋਟੇ ਸੀ ਪਰ ਮੇਰੇ ਜਿਹੜੀਆਂ ਭਾਵਨਾਵਾਂ ਸੀ ਨਾ ਉਹ ਬਹੁਤ ਜ਼ਬਰਦਸਤ ਸੀ ਅੰਦਰੋਂ ਇੱਕ ਆਪਣੇ ਪਿਓ ਦੇ ਪ੍ਰਤੀ ਮੇਰੇ ਅੰਦਰ ਨਾ ਰਿਜੈਂਟਮੈਂਟ ਚੱਲਦੀ ਸੀ ਉੱਥੋਂ ਮੈਂ ਰਿਜੈਂਟਮੈਂਟ ਸਿੱਖ ਲਈ ਮੇਰੇ ਮਾਈਂਡ ਦਾ ਰਿਜੈਂਟਮੈਂਟ ਅਸਲੀ ਉੱਥੋਂ ਸਿੱਖੀ ਹੈ ਗੁੱਸਾ ਉੱਥੋਂ ਸਿੱਖਿਆ ਵਾ ਮੈਨੂੰ ਸੀ ਵੀ ਮੈਂ ਵੱਡਾ ਹੋ ਕੇ ਨਾ ਭਲਵਾਨੀ ਕਰਨੀ ਆ ਅਤੇ ਜਦੋਂ ਮੈਂ ਭਲਵਾਨ ਬਣ ਗਿਆ ਨਾ ਮੇਰੇ ਡੋਲੇ ਬਣ ਗਏ ਅਤੇ ਸਭ ਤੋਂ ਪਹਿਲਾਂ ਕਿਹਨੂੰ ਢੋਣਾ ਜੇ ਬਚਪਨ ਤੋਂ ਮੇਰੀ ਮਾਨਸਿਕਤਾ ਇਹ ਬਣੀ ਆ ਤਾਂ ਦੇਖੋ ਮੇਰੀ ਮਾਨਸਿਕਤਾ ਕੀ ਹੋਊਗੀ ਅਤੇ ਜੇ ਮੈਂ ਆਪਣੇ ਪਿਓ ਨੂੰ ਨਹੀਂ ਬਖਸ਼ਦਾ ਪਿਆ ਉਹ ਦੁਸ਼ਮਣੀ ਦਾ ਪੈਟਰਨ ਮੈਨੂੰ ਮੈਂ ਘਰੋਂ ਸਿੱਖ ਲਿਆ ਫਿਰ ਸਾਰਾ ਜ਼ਮਾਨਾ ਮੇਰਾ ਦੁਸ਼ਮਣ ਬਣ ਗਿਆ ਜੇ ਮੇਰਾ ਪਿਓ ਮੇਰਾ ਦੁਸ਼ਮਣ ਬਣ ਗਿਆ ਬਚਪਨ ਤੋਂ ਇਹਦਾ ਮਤਲਬ ਕਿ ਸਾਰਾ ਜ਼ਮਾਨਾ ਹੀ ਮੇਰਾ ਦੁਸ਼ਮਣ ਬਣ ਗਿਆ ਮੇਰੀ ਕਿਸੇ ਨਾਲ ਨਹੀਂ ਬਣਦੀ ਐਂਡ ਫਿਰ ਉਹ ਘਰ ਦਾ ਮਾਹੌਲ ਐਂਡ ਉਹਦੇ ਵਿੱਚ ਨਾ ਮੈਂ ਅਮਨ ਬੜਾ ਪੀਸਦਾ ਬੰਦਾ ਬਹੁਤ ਪੀਸਦਾ ਫਿਰ ਇੱਕ ਦਿਨ ਉਹਦੇ ਉਹਦਾ ਨਾ ਗੁੱਸੇ ਨਾਲ ਕਹਿ ਦਿਉ ਰਿਜੈਂਟਮੈਂਟ ਨਾਲ ਕਹਿ ਦਿਉ ਕਿਸੇ ਤਰੀਕੇ ਨਾਲ ਜਦੋਂ ਨਸ਼ੇ ਨਾਲ ਟਾਕਰਾ ਹੁੰਦਾ ਨਾ ਫਿਰ ਉਹ ਜਿਹੜੀ ਰਿਜੈਂਟਮੈਂਟ ਦੀ ਅੱਗ ਹੁੰਦੀ ਨਾ ਉਹ ਤੋਂ ਥੋੜ੍ਹਾ ਜਿਹਾ ਸਕੂਨ ਫੀਲ ਕਰਦਾ ਵੀ ਮੈਂ ਸ਼ਾਂਤ ਹੋ ਗਿਆ ਮੈਨੂੰ ਲੱਗਾ ਵੀ ਉਹ ਗੱਲ ਸਾਰੀ ਖਤਮ ਹੋ ਗਈ ਹੈ ਸਾਰੀ ਗੱਲ ਖਤਮ ਹੋ ਗਈ ਸਾਰੀ ਹੀ ਗੱਲ ਖਤਮ ਹੋ ਗਈ ਗੱਲ ਇਹ ਸਿਰਫ ਸ਼ਰਾਬ ਨਾਲ ਸ਼ਰਾਬ ਤੱਕ ਨਹੀਂ ਸੀਮਤ ਹੈਗੀ ਆਪਾਂ ਸਿਰਫ ਸ਼ਰਾਬ ਦੀ ਗੱਲ ਕਰਦੇ ਹਾਂ ਜੈਨੇਟਿਕ ਗੁੱਸਾ ਸਰ ਤਾਂ ਹੁਣ ਇਹ ਵੀ ਚੀਜ਼ ਦੀ ਰਿਸਰਚ ਕਰਦੇ ਪਏ ਆ ਬੇਟੀ ਵੀ ਮਾਂ ਪਿਓ ਨੂੰ ਕਿਹੜੀਆਂ ਕਿਹੜੀਆਂ ਮਾਨਸਿਕ ਬਿਮਾਰੀਆਂ ਜੇ ਮਰੀਜ਼ ਦਾ ਇਲਾਜ ਕਰਨਾ ਤੇ ਜਦ ਤੱਕ ਮਾਂ ਪਿਓ ਦੀਆਂ ਮਾਨਸਿਕ ਬਿਮਾਰੀਆਂ ਡਾਇਗਨੋਸ ਨਹੀਂ ਨਾ ਹੋਣਗੀਆਂ ਤਦ ਤੱਕ ਡੀਪਲੀ ਮਰੀਜ਼ ਦਾ ਇਲਾਜ ਨਹੀਂ ਹੋ ਸਕੇਗਾ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਮਾਂ ਪਿਓ ਦੀ ਮਾਨਸਿਕ ਬਿਮਾਰੀ ਦਾਦੇ ਦੀ ਮਾਨਸਿਕ ਬਿਮਾਰੀ ਨਾਨੇ ਦੀ ਮਾਨਸਿਕ ਬਿਮਾਰੀ ਮਰੀਜ਼ 'ਚ ਟਰੈਵਲ ਕੀਤੀ ਹੋਈ ਆ ਗੱਲ ਸ਼ਰਾਬ ਦੀ ਥੋੜ੍ਹੀ ਹੈਗੀ ਆ ਕਿ ਪਿਓ ਕਹਿੰਦਾ ਮੈਂ ਕਦੀ ਸ਼ਰਾਬ ਨਹੀਂ ਪੀਤੀ ਇਹ ਪੀਣ ਲੱਗ ਪਿਆ ਅਤੇ ਗੁੱਸਾ 100% ਹੋਊਗਾ ਇਹ ਮੈਂ ਗੁੱਸੇ ਪ੍ਰਤੀ ਅਤੇ ਰਿਜੈਂਟਮੈਂਟ ਪ੍ਰਤੀ ਮੈਂ ਮੰਨ ਹੀ ਨਹੀਂ ਸਕਦਾ ਗੁੱਸੇ ਪ੍ਰਤੀ ਮੈਂ ਮੰਨ ਹੀ ਨਹੀਂ ਸਕਦਾ ਵੀ ਪਿਓ 'ਚ ਗੁੱਸਾ ਨਹੀਂ ਹੈਗਾ ਅਤੇ ਮੁੰਡੇ 'ਚ ਗੁੱਸਾ ਆ ਗਿਆ ਇਹ ਨਹੀਂ ਕਦੀ ਹੋ ਸਕਦਾ ਇਹ ਕਦੀ ਹੋ ਹੀ ਨਹੀਂ ਸਕਦਾ ਉਹ ਜਿਹੜੀਆਂ ਮਾਨਸਿਕ ਬਿਮਾਰੀਆਂ ਪੇਰੈਂਟਸ ਜਾਣਾ ਉਹ ਬਿਮਾਰੀਆਂ 99% ਕਾ ਬੱਚੇ 'ਚ ਟਰੈਵਲ ਕਰਦੀਆਂ ਇਹ ਜਿਹੜੀਆਂ ਕਿ ਕਿਤੇ ਨਾ ਕਿਤੇ ਨਸ਼ੇ ਦਾ ਕਾਰਨ ਬਣਦੀਆਂ ਅਮਨ ਗੱਲ ਅਸੀਂ ਬਿਮਾਰੀ ਦੀ ਕਰਦੇ ਪਏ ਹਾਂ ਮਾਂ ਪਿਓ ਦੀ ਵੀ ਮਾਨਸਿਕ ਬਿਮਾਰੀ ਅਤੇ ਪੇਸ਼ੈਂਟ ਦੀ ਵੀ ਮਾਨਸਿਕ ਬਿਮਾਰੀ ਐਂਡ ਉਸ ਬਿਮਾਰੀ ਦੇ ਕਾਰਨ ਬੰਦਾ ਨਸ਼ੇ 'ਚ ਆਉਂਦਾ ਮਾਂ ਪਿਓ ਦਾ ਕੋਈ ਕਸੂਰ ਨਹੀਂ ਕਿਉਂਕਿ ਮਾਂ ਪਿਓ ਦਾ ਵੀ ਪੈਟਰਨ ਪਿੱਛੋਂ ਤੁਰਿਆ ਆਉਂਦਾ ਟਰੈਵਲਿੰਗ ਕਰਦੀ ਬਿਮਾਰੀ ਹੈ ਸਾਡੇ ਬਿਲੀਫ ਸਿਸਟਮ ਵੀ ਟਰੈਵਲ ਕਰਦੇ ਆ ਉਹ ਸਾਡਾ ਦਾਦਾ ਆ ਹੁੰਦਾ ਸੀ ਸਾਡੇ ਦਾਦੇ ਕੋਲ ਜ਼ਮੀਨ ਹੁੰਦੀ ਸੀ ਸਾਡਾ ਨਾਨਾ ਬਦਮਾਸ਼ ਹੁੰਦਾ ਸੀ ਸਾਡਾ ਤਾਇਆ ਬਦਮਾਸ਼ ਹੁੰਦਾ ਸੀ ਸਾਡਾ ਪਤਾ ਕਿ ਇਸ ਤਰ੍ਹਾਂ ਬੜੀ ਪ੍ਰਾਊਡ ਦੀ ਆਪਾਂ ਕਰਦੇ ਹਾਂ ਜਦਕਿ ਸਾਰੀਆਂ ਮਾਨਸਿਕ ਬਿਮਾਰੀਆਂ ਅਮਨ ਮੈਂ ਤਾਂ ਇੱਥੇ ਕਹਿੰਦੇ ਸੁਣਿਆ ਉਹ ਸਾਡਾ ਦਾਦਾ ਬਹੁਤ ਚੀਜ਼ ਸੀ ਮੈਂ ਕਹਿੰਦੀ ਅੱਛਾ ਉਹ ਪਾਕਿਸਤਾਨ ਨਾ ਮਤਲਬ ਕਿ ਬੜੇ ਵੱਡੇ ਅਹੁਦੇ ਸੀ ਮੈਂ ਕਿਹਾ ਠੀਕ ਹੈ ਸਾਡੇ ਨਾਨੇ ਨੇ 3 ਬੁੜੀਆਂ ਰੱਖੀਆਂ ਹੁੰਦੀਆਂ ਸੀ ਕੋਈ ਇਸ ਗੱਲ ਦਾ ਵੀ ਪ੍ਰਾਊਡ ਯਾਨੀ ਕਿ ਮਾਨਸਿਕ ਬਿਮਾਰੀ ਦਾ ਵੀ ਪ੍ਰਾਊਡ ਪਰ ਆਪਾਂ ਕਹਿੰਦੇ ਨਹੀਂ 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 ਯਾਰ ਇਹ ਗੱਲ ਨਹੀਂ ਹੈਗੀ ਆਪਾਂ ਸਿਰਫ ਉਹਨੂੰ ਨਸ਼ੇ ਨਾਲ ਜੋੜ ਕੇ ਰੱਖਦੇ ਇਸ ਤਰ੍ਹਾਂ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਜੇ ਤੁਸੀਂ ਨਸ਼ੇ ਦੀ ਬਿਮਾਰੀ ਨੂੰ ਡੀਲ ਕਰਨਾ ਤੁਹਾਨੂੰ ਬਹੁਤ ਡੂੰਘਾਈ ਨਾਲ ਸਹਿਜ ਨਾਲ ਡੂੰਘਾਈ ਤੱਕ ਜਾਣਾ ਪਏਗਾ ਗੱਲ ਨਸ਼ੇ ਦੀ ਨਹੀਂ ਹੈਗੀ ਗੱਲ ਜਿਸ ਤਰ੍ਹਾਂ ਕਾਲੇ ਨੇ ਕਿਹਾ ਮੈਂਟਲ ਸਿਕਨੈਸ ਦੀ ਆ ਮੈਂਟਲ ਸਿਕਨੈਸ ਦੀ ਆ ਸਾਨੂੰ ਜ਼ਿੰਦਗੀ ਜੀਣ ਦਾ ਤਰੀਕਾ ਨਹੀਂ ਹੈਗਾ
गाला हुणे कह के गया। आपां सारे वह बंदे बैठे हाँ जिन्हां नूं चंगी तरह सुनिया ही नहीं गया, बचपन च नहीं सुनिया गया। जे सानूं बचपन च सुनिया गया होंदा, सानूं किसी ने लागे भा के साडी गल सुनी होंदी, शायद आपां इत्थे ना पहुंचे होंदे। जे आप साडे घरां च गल रिवाज ही नहीं हैगा गल करन दा, साडे घरां च नहीं रिवाज हैगा गल करन दा, आपां चुप वट्टे रहना, आपे अगला समझे। इस तरह नहीं होंदा, हर गल सीखनी पैंदी आ, हर गल शेयर करनी पैंदी आ। इस बीमारी दा कले सब तो वड्डा कारण जिहड़ा ना साडे घरां दे विच इह आ वी असीं घरां च गल्लां बातां नहीं करदे। मतलब कि अपने घर के आप एक दूजे को कभी साढ़े घर बिल्कुल इस तरह मन मेन गल ये है नशे की, यही बंदे ने कभी अपने दिल की गल डिस्कलोज ही नहीं की। मैं तो इन्ना कहना वा काले उन्हें काले ने कहा ना बड़ा चिर होगा कहते अजे गल कही नहीं गई, तो आप लगे हुए हैं कभी ना कभी तो कही जाऊगी ना। जे घर नहीं कही गई, बचपन च नहीं कही गई, तो शायद इतने कही जाए। सो सब तो वड्डा कारण है भी आप घर गल नहीं करते, आप घर दुख दर्द नहीं बटाते, दुख दर्द मतलब क्वालिटी टाइम नहीं देते, एक दूजे अंडरस्टैंड नहीं करते। सिर्फ अवल तो गल नहीं करनी, जो हफ्ते बाद गल करनी तो यहोजी करनी आ महीना फिर बंद। चूहा उत्थे होंदा वा जिथे ओला होवे, यह बीमारी उत्थे होंदी जिथे ओला होवे। जे तुहाडे घर दे विच ऐ थले बैठे एक नुक्कर तो लैके दूजी नुक्कर दिसदी है ना थले थले, जिथे तुसीं माड़े मोटे मन मटाव अंदर रखन लग पे, गल्लां लगाउण लग पे, ਇਹ ਬਿਮਾਰੀ ਨੇ ਉੱਥੇ ਰਹਿਣ ਲੱਗ ਪੈਣਾ, ਮੁੜ ਕੇ ਬੱਚੇ ਵੀ ਉੱਥੇ ਦੇ ਦੇਣੇ ਇਹ ਬਿਮਾਰੀ ਨੇ। ਤਾਂ ਹੀ ਤਾਂ ਕਹਿੰਦੇ ਜੀਨਸ ਦੇ ਵਿੱਚ ਅੱਗੇ ਚੱਲ ਗਈ, ਕਿਉਂ ਉਹਨੇ ਬੱਚੇ ਦੇ ਦਿੱਤੇ, ਉਹ ਸਿਰਫ ਨਾਲ ਨਾਲ ਟਰੈਵਲ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਬਿਮਾਰੀ। ਇਹਦਾ ਤਰੀਕਾ ਸੌਖਾ ਵਾ, ਸਫਾਈ ਕਰ ਦਿਉ ਆਪਣੇ ਅੰਦਰ ਦੀ। ਆਪਣੇ ਅੰਦਰ ਦੀ ਸਫਾਈ ਕਰਨ ਦਾ ਤਰੀਕਾ ਕੀ ਆ? ਉਹ ਬਾਹਰੋਂ ਕਿਸੇ ਨੇ ਨਹੀਂ ਆ ਕੇ ਕਰਨੀ, ਉਹ ਸਫਾਈ ਆ ਗੱਲਾਂ ਦੇ ਨਾਲ, ਗੱਲਾਂ ਬਾਤਾਂ ਕਰਨੀਆਂ। ਜਦੋਂ ਤੁਸੀਂ ਇੱਕ ਦੂਜੇ ਨਾਲ ਰਾਬਤਾ ਬਣਾਓਗੇ, ਦੋਵੇਂ ਬੰਦੇ ਜਿਹੜੇ ਤੰਗ ਆ ਉਹ ਜਿਹੜੀ ਚੀਜ਼ ਤੋਂ ਤੰਗ ਆ, ਅਗਰ ਉਹਨਾਂ ਦੇ ਆਪਸੀ ਮੇਲ ਮਿਲ ਜਾਂਦੇ ਆ ਤੇ ਜਾਨ ਸੌਖੀ ਹੋ ਜਾਂਦੀ, ਨਸ਼ੇ ਦੀ ਵਿੱਚ ਗੱਲ ਹੀ ਕੋਈ ਨਹੀਂ ਰਹਿ ਜਾਂਦੀ। ਭੁੱਖ ਦੀ ਗੱਲ ਵੀ ਜਿਸ ਤਰ੍ਹਾਂ ਇਹ ਇੱਕ ਬਿਮਾਰੀ ਆ ਬਸ, ਜਿਹਦੇ ਬਾਰੇ ਬਹੁਤ ਸਾਰੀ ਅਵੇਅਰਨੈਸ ਇਕੱਠੀ ਕਰਨੀ ਪੈਣੀ, ਸਾਨੂੰ ਪ੍ਰੋਫੈਸ਼ਨਲ ਹੈਲਪ ਲੈਣੀ ਪੈਣੀ ਆ, ਬਿਮਾਰੀ ਨੂੰ ਸਮਝਣਾ ਪੈਣਾ, ਫਿਰ ਕੀ ਨਾ ਕਰੀਏ ਇਹ ਸਿੱਖਣਾ ਪੈਣਾ। ਕਿਉਂਕਿ ਜੋ ਆਪਾਂ ਕਰਦੇ ਪਏ ਨਾ ਸਾਨੂੰ ਆਉਂਦਾ, ਉਹ ਆਪਾਂ ਕਰ ਕਰਕੇ ਇੱਥੇ ਪਹੁੰਚੇ ਹਾਂ। ਅਤੇ ਜੇ ਆਪਾਂ ਹੁਣ ਵੀ ਆਪਣੀ ਮਰਜ਼ੀ ਕਰਦੇ ਪਏ ਨਾ, ਆਪਣੀ ਤਕਨੀਕ ਨਾਲ ਕਰਦੇ ਪਏ ਹਾਂ, ਤਾਂ ਸ਼ਾਇਦ ਇਹਦੇ ਰਿਜ਼ਲਟ ਨਹੀਂ ਆਉਣ, ਫਿਰ ਇਹਦੇ ਰਿਜ਼ਲਟ ਨਹੀਂ ਆਉਣ। ਜਿੱਥੇ ਮਰੀਜ਼ ਦਾ ਟ੍ਰੀਟਮੈਂਟ ਹੋਣਾ, ਉਹਦੇ ਨਾਲ ਨਾਲ ਘਰਦਿਆਂ ਦਾ ਟ੍ਰੀਟਮੈਂਟ ਵੀ ਬਹੁਤ ਜ਼ਰੂਰੀ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇ ਘਰਦੇ ਆਪਣਾ ਮਤਲਬ ਕਿ ਆਪਣੇ ਚੇਂਜ ਕਰਨਗੇ ਤਾਂ ਪੇਸ਼ੈਂਟ ਜ਼ਰੂਰ ਚੇਂਜ ਹੋਏਗਾ। ਐਂਡ ਮੇਰਾ ਇੱਕ ਤਜਰਬਾ ਕਹਿੰਦਾ ਵਾ, ਜਿੰਨਾ ਘਰਦੇ ਆਪਣੇ ਆਪ ਨੂੰ ਚੇਂਜ ਕਰਨਗੇ ਨਾ, ਉਸੇ ਰੇਸ਼ੋ ਦੇ ਵਿੱਚ ਮਰੀਜ਼ ਚੇਂਜ ਹੋਏਗਾ। ਜਿੰਨਾ ਘਰਦੇ ਆਪਣੇ ਆਪ ਨੂੰ ਠੀਕ ਕਰਨਗੇ ਨਾ, ਉਨਾ ਮਰੀਜ਼ ਠੀਕ ਹੋਊਗਾ, ਉਸੇ ਰੇਸ਼ੋ ਦੇ ਵਿੱਚ, 19-21 ਦਾ ਫਰਕ ਨਹੀਂ ਹੋਊਗਾ। ਜੇ ਘਰਦੇ ਆਪਣੇ ਆਪ ਨੂੰ 10% ਸਹੀ ਕਰਨਗੇ ਨਾ, ਚੇਂਜ ਕਰਨਗੇ, ਮਰੀਜ਼ 10% ਚੇਂਜ ਹੋ ਜਾਏਗਾ। ਜੇ ਘਰਦੇ 20 ਕਰਨਗੇ 20 ਹੋ ਜਾਊਗਾ, ਘਰਦੇ 30 ਕਰਨਗੇ 30 ਹੋ ਜਾਊਗਾ। ਜੇ ਘਰਦੇ ਰੁਕ ਜਾਣਗੇ ਮਰੀਜ਼ ਵੀ ਰੁਕ ਜਾਏਗਾ, ਜੇ ਘਰਦੇ ਰਿਲੈਪਸ ਕਰਨਗੇ ਮਰੀਜ਼ ਵੀ ਰਿਲੈਪਸ ਕਰੇਗਾ। ਅਸੀਂ ਕਹਿੰਦੇ ਨਾ ਮਰੀਜ਼ ਰਿਲੈਪਸ ਕਰ ਗਿਆ, ਪਰ ਮੈਂ ਕਹਿੰਦਾ ਨਹੀਂ, ਪਹਿਲਾਂ ਘਰਦੇ ਰਿਲੈਪਸ ਕਰ ਦਿਓ, ਪਹਿਲਾਂ ਫੈਮਿਲੀ ਰਿਲੈਪਸ ਕਰਦੀ ਹੈ, ਪੇਸ਼ੈਂਟ ਬਾਅਦ 'ਚ ਕਰਦਾ। ਸੋ ਇਟ ਇਜ਼ ਦਾ ਫੈਮਿਲੀ ਪ੍ਰੋਗਰਾਮ, ਫੈਮਿਲੀ ਜੇ ਚੀਜ਼ ਨੂੰ ਅੰਡਰਸਟੈਂਡ ਕਰੇ, ਸਾਰਾ ਸਿੱਖੇ, ਅਤੇ ਫਿਰ ਇਟ ਇਜ਼ ਅ ਲਾਈਫ ਲਾਈਫ ਟਾਈਮ ਪ੍ਰੋਗਰਾਮ, ਇਟ ਇਜ਼ ਅ ਲਾਈਫ ਟਾਈਮ ਪ੍ਰੋਗਰਾਮ, ਇਟ ਇਜ਼ ਨੋਟ ਪਾਰਟ ਟਾਈਮ। ਆਪਾਂ ਇਹਨੂੰ ਪਾਰਟ ਟਾਈਮ ਸਮਝ ਲੈਂਦੇ ਵੀ ਬਸ ਕਰਾਇਆ ਇਲਾਜ, ਹੁਣ ਇਹਨੇ ਨਸ਼ਾ ਛੱਡਤਾ ਵਾ, ਬਸ ਠੀਕ ਹੈ, ਨਹੀਂ ਨਾ। ਸਗੋਂ ਜਦੋਂ ਛੱਡਿਆ ਨਾ ਨਸ਼ਾ, ਉਦੋਂ ਉਹ ਜ਼ਿਆਦਾ ਘਾਤਕ ਹੈਗਾ ਜੀ, ਪੰਗਾ ਹੀ ਉਦੋਂ ਪੈਂਦਾ ਅਸਲੀ। ਹਾਂ, ਆਪਾਂ ਸਕੇਲ ਵੀ ਨਾ ਸਿੱਖਦੇ, ਕਿਉਂਕਿ ਸਾਡਾ ਫੋਕਸ ਸਿਰਫ ਨਸ਼ੇ 'ਤੇ ਹੈਗਾ, ਸਾਡਾ ਫੋਕਸ ਸਿਰਫ ਪ੍ਰੋਟੈਕਟ 'ਤੇ ਹੈਗਾ, ਆਪਾਂ ਉਹਦੇ ਬਿਹੇਵੀਅਰ 'ਤੇ ਨਹੀਂ ਜਾਂਦੇ। ਜਦ ਕਿ ਉਹਦਾ ਬਿਹੇਵੀਅਰ ਦੇਖਣਾ, ਮੈਂ ਤਾਂ ਇਹ ਕਹਿੰਦਾ ਵਾਂ ਅਮਨ, ਜੇ ਕਿਤੇ ਬੰਦੇ ਕੋਲ ਗਲਤੀ ਹੁੰਦੀ ਵੀ ਆ ਨਾ, ਬੰਦਾ ਨਸ਼ਾ ਕਰ ਵੀ ਲੈਂਦਾ ਪਰ ਫਿਰ ਵੀ ਇੱਥੇ ਆਉਂਦਾ ਰਹਿੰਦਾ, ਇਲਾਜ ਦੇ ਵਿੱਚ ਰਹਿੰਦਾ, ਉਹਦੇ 100% ਚਾਂਸ ਹੈ ਠੀਕ ਹੋਣ ਦੇ। ਮੈਂ ਇੱਕ ਵਾਈਫ ਨੇ ਮੈਨੂੰ ਕਿਹਾ, ਕਹਿੰਦੀ ਸਾਰੇ ਇਹ ਹੁਣ ਦੁਬਾਰਾ ਕੀਤਾ ਇਹਨਾਂ ਨੇ, ਕੀਤਾ ਥੋੜ੍ਹਾ ਜਿਹਾ ਹੀ ਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਮੈਂ ਕਿਹਾ ਭੈਣ ਜੀ, ਇਹਨਾਂ ਨੇ ਨਸ਼ਾ ਦੁਬਾਰਾ ਕਰ ਲਿਆ, ਤੁਸੀਂ ਇੰਨੇ ਗੁੱਸੇ 'ਚ ਕਿਉਂ ਨਹੀਂ ਆਏ? ਕਹਿੰਦੇ ਨਹੀਂ, ਉਤਰਾ ਬੜਾ ਫਰਕ ਜੇ ਇਹਦੇ 'ਚ, ਇਹ ਕੀ ਗੱਲ, ਭਾਵੇਂ ਇਹਨੇ ਨਸ਼ਾ ਕਰ ਲਿਆ ਪਰ ਸੁਭਾਅ 'ਚ ਬੜਾ ਫਰਕ ਪੈ ਗਿਆ ਜੀ। ਅਸਲੀ ਗੱਲ ਇਹ ਆ, ਅਸਲੀ ਗੱਲ ਇਹ ਆ, ਜੇ ਉਹਦੇ ਸੁਭਾਅ 'ਚ ਫਰਕ ਪੈ ਗਿਆ ਨਾ,
ਉਹਦੇ ਆਦਤਾਂ 'ਚ ਫਰਕ ਪੈ ਗਿਆ ਅਤੇ ਇੱਕ ਨਾ ਇੱਕ ਦਿਨ ਫਿਰ ਉਹ ਵਧੀਆ ਲਾਈਫ ਸਟਾਈਲ ਸਿੱਖ ਹੀ ਜਾਏਗਾ। ਪਰ ਉਹਦੇ ਸਿੱਖਣ ਤੋਂ ਪਹਿਲਾਂ ਘਰਦਿਆਂ ਨੂੰ ਸਿੱਖਣਾ ਪਊ। ਮੈਂ ਤਾਂ 100% ਇਸ ਤਰੀਕੇ ਜ਼ੋਰ ਦਿੰਦਾ, ਇਟ ਇਜ਼ ਦਾ ਫੈਮਿਲੀ ਪ੍ਰੋਗਰਾਮ। ਘਰਦਿਆਂ ਨੂੰ 100% ਮਤਲਬ ਕਿ ਇਹ ਸਿੱਖਣਾ ਪਊਗਾ ਸਾਰਾ। ਜੇ ਆਪਣਾ ਬੰਦਾ ਵਾਪਸ ਲੈਣਾ, ਵਧੀਆ ਬੰਦਾ ਵਾਪਸ ਲੈਣਾ, ਘਰਦਿਆਂ ਨੂੰ ਸਾਰਾ ਸਿੱਖਣਾ ਪਏਗਾ ਵੀ ਇੱਕ ਮਾਨਸਿਕ ਰੋਗੀ ਨੂੰ ਇੱਕ ਬਿਮਾਰ ਬੰਦੇ ਨੂੰ ਕਿਸ ਤਰ੍ਹਾਂ ਡੀਲ ਕਰਨਾ।